ਬਸ ਹਾਲਾਤ ਤਾਂ ਇਹ ਹੈ ਜੀ, ਪੀਣ ਤੋਂ ਵੀ ਤਰਸਾਂਗੇ ਜੇ ਨਹਿਰੀ ਪਾਣੀ ਨਾ ਆਇਆ, ਪੀਣ ਤੋਂ ਵੀ ਤਰਸਾਂਗੇ। ਪਹਿਲੇ ਹੀ ਸਾਡਾ ਪਾਸ ਹੋਇਆ ਸੀਗਾ ਪਾਈਪਲਾਈਨ ਦਾ ਪ੍ਰੋਜੈਕਟ, ਜਿੱਥੇ ਤੱਕ ਪਾਣੀ ਨਹੀਂ ਵੀ ਜਾਂਦਾ ਸੀ, ਟੇਲ 'ਤੇ ਪਾਣੀ ਪਹੁੰਚਾਤਾ ਸਰਕਾਰ ਦੀ ਬਦੌਲਤ। ਖਾਲ ਤਾਂ ਇੱਕ ਨੌਂ ਦਾ ਖਾਲ ਰਹਿ ਗਿਆ ਜੀ, ਉਹਦੇ ਵਿੱਚ ਕਿਤੇ ਨਹੀਂ ਕੁਛ ਨਹੀਂ ਆਉਂਦਾ, ਅਤੇ ਖੱਬਲ ਘਾਹ ਉੱਗਿਆ ਪਿਆਗਾ। ਆਪਣੇ ਖੇਤ ਨੇੜਿਓਂ ਲੰਘਦੇ ਖਾਲ ਵਿੱਚ ਉੱਗਿਆ ਘਾਹ ਦਿਖਾਉਂਦੇ ਇਹ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਦੇ ਕਿਸਾਨ ਜਗਤਾਰ ਸਿੰਘ। ਜਗਤਾਰ ਸਿੰਘ ਇੱਕ ਛੋਟੇ ਕਿਸਾਨ ਹਨ ਅਤੇ ਵਾਹੀਯੋਗ ਪਾਣੀ ਲਈ ਸਾਂਝੇ ਟਿਊਬਵੈੱਲ ਉੱਤੇ ਨਿਰਭਰ ਹਨ। ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਸੰਗਰੂਰ ਅਤੇ ਇਸ ਦੇ ਨਾਲ ਲੱਗਦਾ ਬਰਨਾਲਾ ਜ਼ਿਲ੍ਹਾ ਡਾਰਕ ਜ਼ੋਨ ਬਣ ਚੁੱਕੇ ਹਨ। ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਪਿਛਲੇ ਦਿਨੀਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਨਹਿਰੀ ਪਾਣੀ ਦੀ ਸਪਲਾਈ 70% ਤੱਕ ਕਰਨ ਦਾ ਟੀਚਾ ਐਲਾਨਿਆ ਸੀ। ਜਿੱਦੇ ਸਮਾਂ ਚੁੱਕੀ ਸੀ 21% ਤੇ ਸੀ, ਹੁਣ 69% ਨਹਿਰੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਜਾਂਦਾ, ਉਹ ਜਿੱਦੇ 70 ਹੋ ਗਿਆ ਅਕਤੂਬਰ ਚ ਹੋ ਜਾਊਗਾ ਇਸ ਸੀਜ਼ਨ ਦੇ ਐਂਡ ਤੱਕ, ਝੋਨੇ ਦੇ ਸੀਜ਼ਨ ਦੇ ਐਂਡ ਤੱਕ 70% ਹੋ ਜੂ। ਉਹਦੇ ਨਾਲ ਪੰਜਾਬ ਚ 14.5 ਲੱਖ ਟਿਊਬਵੈੱਲ ਨੇ, ਉਹ ਚੋਂ 6 ਲੱਖ ਟਿਊਬਵੈੱਲ ਦੇ ਲਗਭਗ ਬੰਦ ਹੋ ਜਾਣਗੇ, ਕਿਉਂਕਿ ਨਹਿਰ ਦਾ ਪਾਣੀ ਆ ਗਿਆ, ਖੇਤ ਤਾਂ ਫਿਰ ਟਿਊਬਵੈੱਲ ਚਲਾਉਣ ਦੀ ਕੀ ਲੋੜ ਹੈ। ਭਾਵੇਂ ਕਿ ਇਸ ਐਲਾਨ ਨੂੰ ਅਮਲੀ ਰੂਪ ਦੇਣ ਦਾ ਕੰਮ ਜਾਰੀ ਹੈ, ਪਰ ਜਗਤਾਰ ਸਿੰਘ ਦੇ ਖੇਤਾਂ ਦੀ ਪਿਛਲੇ 10 ਸਾਲਾਂ ਦੀ ਨਹਿਰੀ ਪਾਣੀ ਦੀ ਉਡੀਕ ਖਤਮ ਨਹੀਂ ਹੋਈ। ਸਾਡੇ ਹੋਏ 10-15 ਸਾਲ ਹੋ ਗਏ ਪਾਣੀ ਸੂਬੇ ਦਾ ਇਹਨੂੰ, ਅਤੇ ਉਦੋਂ ਮੁੜ ਕੇ ਕਿਹੜਾ ਖਾਲ ਵੀ ਬਣ ਗਿਆ, ਮੁੜ ਕੇ ਪਾਣੀ ਨਹੀਂ ਆਇਆ, ਉੱਚਾ ਮੋਗਾ ਉੱਚਾ ਕਰਤਾ ਆਪਣਾ, ਜਿਹੜਾ ਸੂਏ ਦੀ ਦਿੱਕਤ, ਜਿਹੜਾ ਪਹਿਲਾਂ ਸੂਏ ਦੀ ਪਹਿਲਾਂ ਸੂਆ ਠੀਕ ਪਾਣੀ ਖੜ ਕੇ ਤੁਰਦਾ ਸੀ, ਹੁਣ ਪਾਣੀ ਗਾਹਾਂ ਜ਼ਿਆਦਾ ਲੰਘ ਜਾਂਦਾ। ਸਾਨੂੰ ਉੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਜੀ, ਬਹੁਤ ਜ਼ਿਆਦਾ। ਖਾਲ ਤਾਂ ਇੱਕ ਨੌਂ ਦਾ ਖਾਲ ਰਹਿ ਗਿਆ ਜੀ, ਉਹਦੇ ਵਿੱਚ ਕਿਤੇ ਨਹੀਂ ਕੁਛ ਨਹੀਂ ਆਉਂਦਾ, ਅਤੇ ਖੱਬਲ ਘਾਹ ਉੱਗਿਆ ਪਿਆਗਾ। ਕਿਉਂ ਜੇ ਸਾਨੂੰ ਥੋੜ੍ਹੀ ਜਿਹੀ ਆਸ ਹੋਊਗੀ ਪਾਣੀ ਦੀ ਵੀ ਪਾਣੀ ਆਊਗਾ, ਘੱਟ ਆ ਜੇ ਪਾਣੀ ਸਾਨੂੰ ਤਾਂ ਵੀ ਹੈ ਵੀ ਚਲੋ ਅਸੀਂ ਘੜ ਲਿਆਈਏ, ਵੀ ਜਦੋਂ ਹੁਣ ਪਾਣੀ ਨਹੀਂ, ਮਗਰੂ ਪਾਣੀ ਨਹੀਂ ਆ ਰਿਹਾ ਸੀ, ਫਿਰ ਉਹ ਘੜ ਕੇ ਵੀ ਕੀ ਕਰਾਂਗੇ। ਦੂਜੇ ਪਾਸੇ ਸੰਗਰੂਰ ਦੇ ਹੀ ਰੋਗਲਾ ਪਿੰਡ ਦੇ ਮੱਖਣ ਸਿੰਘ ਤੇ ਕੁਲਵੀਰ ਸਿੰਘ ਦੀ ਇਹ ਉਡੀਕ ਖਤਮ ਹੋ ਗਈ ਹੈ ਤੇ ਉਹਨਾਂ ਦੇ ਪਿੰਡ ਦੀ ਆਖਰੀ ਟੇਲ ਤੱਕ ਨਹਿਰੀ ਪਾਣੀ ਪਹੁੰਚ ਗਿਆ। ਇਹ ਪਿਛਲੇ ਸਾਲ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕਰਿਆ, ਜਿਹੜਾ ਸਾਡੇ ਵੀ ਪਹਿਲੇ ਹੀ ਸਾਡਾ ਪਾਸ ਹੋਇਆ ਸੀਗਾ ਪਾਈਪਲਾਈਨ ਦਾ ਪ੍ਰੋਜੈਕਟ, ਉਹ ਵੀ ਜਿੱਥੇ ਤੱਕ ਪਾਣੀ ਨਹੀਂ ਵੀ ਜਾਂਦਾ ਸੀ, ਟੇਲ 'ਤੇ ਪਾਣੀ ਪਹੁੰਚਾਤਾ ਸਰਕਾਰ ਦੀ ਬਦੌਲਤ, ਵੀ ਜੋ ਜਿੰਨੀਆਂ ਕੁ ਕਮੀਆਂ ਹਜੇ ਵੀ ਇਹ 'ਚ ਹੈਗੀਆਂ ਨੇ, ਉਹ ਵੀ ਕੋਈ ਨਾ ਕੋਈ ਲੋਕ ਦੱਸ ਦੱਸ ਕੇ ਕੱਢੀ ਜਾ ਰਹੇ ਨੇ ਉਹਨੂੰ, ਪਰ ਇਹਦਾ ਫਾਇਦਾ ਬਹੁਤ ਜ਼ਿਆਦਾ ਹੈ ਜੀ। ਜੀਰੀ ਨੂੰ ਪਾਣੀ ਲੱਗ ਰਿਹਾ ਜੀ, ਇਹਦਾ ਪਿਛਲੇ ਸਾਲ ਇਹ ਜੂਨ ਤੋਂ ਪਹਿਲਾਂ ਚਾਲੂ ਹੋ ਗਿਆ ਸੀ ਪਾਣੀ ਜੀ, ਅਤੇ ਇਸ ਵਾਰ ਵੀ ਵਧੀਆ ਚੱਲ ਰਿਹਾ, ਪਾਣੀ ਦਾ ਬਹੁਤ ਬੈਨੀਫਿਟ ਹੈ ਜੀ। 2-2.5 ਮੋਟਰਾਂ ਦਾ ਪਾਣੀ ਆ ਜਾਂਦਾ ਜਿਹਦੇ 'ਚ, ਜਿਵੇਂ 25-25 ਹਾਊਸ ਪਾਵਰ ਦੀ, 20-20 ਹਾਊਸ ਪਾਵਰ ਦੀ ਮੋਟਰਾਂ ਲਾ ਲਓ, 2-2.5 ਮੋਟਰਾਂ ਦਾ ਪਾਣੀ ਚੱਲਦਾ ਇਹਦੇ 'ਚ। ਕਿਸਾਨਾਂ ਤੱਕ ਮਤਲਬ ਕਿ ਟੇਲ ਦੇ ਉੱਤੇ ਪਾਣੀ ਪਹੁੰਚ ਗਿਆ ਜੀ, ਉਹਨਾਂ ਨੇ ਤਾਂ ਕਦੇ ਪਾਣੀ ਪਹੁੰਚਿਆ ਹੀ ਨਹੀਂ, ਦੇਖਿਆ ਨਹੀਂ ਸੀ ਜੀ, ਜਿੱਥੇ ਟੇਲ ਹੁਣ ਵੱਗ ਗਿਆ ਪਾਣੀ ਨਾ, ਉੱਥੇ ਤਾਂ ਪਹਿਲਾਂ ਜਾਂਦਾ ਹੀ ਨਹੀਂ ਸੀ, ਰਸਤੇ 'ਚ ਟੁੱਟੇ ਟਾਟੇ ਹੋਏ ਸੀਗੇ ਜਿਹੜੇ ਖਾਲ ਦੀ। ਨਹਿਰੀ ਪਾਣੀ ਦਾ ਤਾਂ ਫਾਇਦਾ ਹੀ ਫਾਇਦਾ ਜੀ, ਜੇ ਕੋਈ ਬੰਦਾ ਬਾਗਬਾਨੀ ਕਰਦਾ, ਬਾਗਬਾਨੀ ਦੇ ਬੂਟੇ ਨੇ ਜਿਹੜੇ ਕੋਈ ਵੀ ਬਾਗ ਲਾਉਂਦਾ, ਉਹ ਨਹਿਰੀ ਪਾਣੀ ਨਾਲ ਜ਼ਿਆਦਾ ਕਾਮਯਾਬ ਹੈ। ਪਿੰਡ ਨਮੋਲ ਦੇ ਹੀ ਕਿਸਾਨ ਜਸਵੀਰ ਸਿੰਘ ਦਾ ਕਹਿਣਾ ਕਿ ਝੋਨੇ ਦੀ ਲਵਾਈ ਦਾ ਸਮਾਂ ਸਿਰ ਉੱਤੇ ਹੋਣ ਕਰਕੇ ਨਹਿਰੀ ਪਾਣੀ ਨਾ ਹੋਣਾ ਉਹਨਾਂ ਦੀਆਂ ਚਿੰਤਾਵਾਂ ਅਤੇ ਖਰਚੇ ਵਧਾ ਰਿਹਾ। ਕਿਸਾਨ ਨੂੰ ਤਾਂ ਜੀ ਇਹੀ ਹੈਗਾ, ਬਸ ਫਿਰ ਸਾਰੀ ਕਿਉਂ ਲਾਈਟ ਨਾ ਆਵੇ ਫਿਰ ਵੀ ਮੁਸ਼ਕਲ ਆ, ਕੋਈ ਮੋਟਰ ਖਰਾਬ ਹੋ ਗਈ ਤਾਂ ਵੀ ਮੁਸ਼ਕਲ ਆ,
ਕੋਈ ਖੰਭਾ ਡਿੱਪਿਆ ਤਾਂ ਵੀ ਮੁਸ਼ਕਲ ਹੈ, ਜੇ ਨਹਿਰੀ ਆਵੇ ਆਪਾਂ ਟਾਈਮ ਨਾਲ ਪਾਣੀ ਲਾ ਕੇ ਫਸਲ ਪਕਾ ਲਈਏ। ਬਸ ਹਾਲਾਤ ਤਾਂ ਇਹ ਹੈ ਜੀ, ਪੀਣ ਤੋਂ ਵੀ ਤਰਸਾਂਗੇ, ਜੇ ਨਹਿਰੀ ਪਾਣੀ ਨਾ ਆਇਆ ਪੀਣ ਤੋਂ ਵੀ ਤਰਸਾਂਗੇ। ਕਿਉਂ ਹੁਣ ਤੁਸੀਂ ਐਂ ਲਾ ਲਓ ਵੀ 30 ਸਾਲ 'ਚ ਇੰਨਾ ਪਾਣੀ ਡੂੰਘਾ ਵਗ ਗਿਆ, ਬੀਜ 'ਚ ਹੋਰ ਵਗ ਜੂਗਾ, ਮੁਸ਼ਕਲਾਂ ਹੀ ਆਉਣਗੀਆਂ। ਅਜਿਹੇ ਹੀ ਹਾਲਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਦੇ ਹਨ। ਇੱਥੋਂ ਦੇ ਕਿਸਾਨ ਦਲਜੀਤ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਇਲਾਕੇ ਵਿੱਚ ਜ਼ਮੀਨ ਹੇਠਲਾ ਪਾਣੀ ਕਰੀਬ 180 ਫੁੱਟ ਤੱਕ ਪਹੁੰਚ ਚੁੱਕਿਆ। ਦਲਜੀਤ ਸਿੰਘ ਮੁਤਾਬਕ ਸਰਕਾਰੀ ਖਰਚੇ ਨਾਲ ਬਣੇ ਖਾਲ ਮੰਦੀ ਹਾਲਤ ਵਿੱਚ ਹਨ, ਜਿਨ੍ਹਾਂ ਦੀ ਅਣਹੋਂਦ ਕਾਰਨ ਕਿਸਾਨਾਂ ਦੇ ਖਰਚੇ ਵੱਧ ਰਹੇ ਹਨ। ਪਾਣੀ ਸਾਡੇ ਆਮ ਤਕਰੀਬਨ 170-180 ਫੁੱਟ ਦੇ ਆਸ ਪਾਸ ਹੈਗਾ, ਅਤੇ ਲਾਪਰਵਾਹੀ ਇਹ ਹੈ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਨਹਿਰੀ ਪਾਣੀ ਲੋਕਾਂ ਦੇ ਘਰ ਘਰ ਦੇ ਖੇਤ ਖੇਤ ਤੱਕ ਪਹੁੰਚਾਇਆ ਜਾਊਗਾ, ਵੀ ਟੇਲਾਂ ਤੱਕ ਪਹੁੰਚਾਇਆ ਜਾਊਗਾ, ਉਹਦੇ ਵਿੱਚ ਇਕੱਲਾ ਬਿਆਨਾਂ ਤੱਕ ਹੀ ਸੀਮਿਤ ਆ ਪੰਜਾਬ ਸਰਕਾਰ, ਅਤੇ ਉਹਦੇ 'ਤੇ ਅਮਲ ਨਹੀਂ ਕੋਈ ਕੀਤਾ ਗਿਆ। ਸਾਡੇ ਹੁਣ ਤੱਕ ਨਾ ਤਾਂ ਕਿਸੇ ਕੋਈ ਸੂਏ ਦੀ ਮੁਰੰਮਤ ਹੋਈ ਆ, ਨਾ ਉਹਦੇ ਵਿੱਚ ਕੋਈ ਪਾਣੀ ਪਹੁੰਚਿਆ, ਨਾ ਕੋਈ ਖਾਲ, ਜਿਵੇਂ ਕਹਿੰਦੇ ਸੀ ਵੀ ਦੁਬਾਰੇ ਮੁੜ ਤੋਂ ਨਵੇਂ ਬੰਨਗੇ, ਨਾ ਕੋਈ ਖਾਲ ਬਣਿਆਗਾ। ਸਾਡਾ ਤਾਂ 20-22 ਸਾਲ ਹੋ ਗਿਆ, ਸਾਨੂੰ ਪਾਣੀ ਨਹੀਂ ਦੇਖਣ ਨੂੰ ਮਿਲਿਆ, ਸਾਡੇ ਖੇਤ ਤੱਕ ਤਾਂ ਪਹੁੰਚਿਆ ਹੀ ਨਹੀਂ। ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਹਨਾਂ ਇਲਾਕਿਆਂ ਵਿੱਚ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਜਾਰੀ ਹੈ। ਹੁਣ ਦੀ ਗੱਲ ਕਰੀਏ ਤਾਂ ਸਾਡੇ ਕੋਲ 160 ਮੋਗਿਆਂ 'ਤੇ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ। ਅਸੀਂ ਜਿਹੜੇ ਕੱਚੇ ਖਾਲ ਉਹਨੂੰ ਬਹਾਲ ਕਰਾ ਕੇ ਪਾਈਪਲਾਈਨ ਵਾਲਾ ਜਿਹੜਾ ਡਿਪਾਰਟਮੈਂਟ ਆ ਅਸੀਂ ਉਹਨੂੰ ਦੇ ਦਿੰਦੇ ਹਾਂ, ਅਤੇ ਉਹ ਅੱਗੇ ਪਾਈਪਲਾਈਨ ਦਾ ਕੰਮ ਪਾ ਰਹੇ ਨੇ, ਜਿਹਦੇ ਨਾਲ ਕਿ ਮੋਗਿਆਂ ਤੋਂ ਪਾਣੀ ਪਾਈਪਲਾਈਨ ਸ਼ੁਰੂ ਕਰਾ ਕੇ ਅਸੀਂ ਟੇਲਾਂ ਤੱਕ ਕਿਸਾਨਾਂ ਤੱਕ ਪਹੁੰਚਾ ਰਹੇ ਹਾਂ। ਅਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਪਾਣੀ ਦਈਏ, ਅਤੇ ਸਰਕਾਰ ਦੀ ਜਿਹੜੀ ਵੀ ਹਦਾਇਤ ਸਾਨੂੰ ਮਿਲਦੀ ਹੈ ਅਸੀਂ ਉਹਨੂੰ ਇਨਬਿਨ ਲਾਗੂ ਪਾਲਣ ਕਰ ਰਹੇ ਹਾਂ। ਅਤੇ ਸਾਡਾ ਇਹੀ ਮਕਸਦ ਹੈ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਨਹਿਰੀ ਪਾਣੀ ਹੈ ਉਹ ਕਿਸਾਨਾਂ ਤੱਕ ਪਹੁੰਚਾਈਏ, ਅਤੇ ਜਿਹੜਾ ਧਰਤੀ ਦਾ ਹੇਠਲਾ ਪਾਣੀ ਦਾ ਸਤਰ ਡਿੱਗ ਰਿਹਾ ਅਸੀਂ ਉਹਨੂੰ ਉੱਚਾ ਚੱਕਣ ਦੀ ਦਿਨ ਰਾਤ ਕੋਸ਼ਿਸ਼ ਕਰ ਰਹੇ ਹਾਂ ਜੀ।